ਡੀ ਡੀ ਪੰਜਾਬੀ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਵਿਵੇਕ ਸਵਾਗਤ ਕਰਦਾ ਹਾਂ ਔਰ ਉਹਨਾਂ ਦਰਸ਼ਕਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਜੋ ਇਸ ਪ੍ਰੋਗਰਾਮ ਨੂੰ ਦੇਖ ਕੇ ਸਾਨੂੰ ਕਾਲਸ ਕਰਦੇ ਨੇ ਸਾਡੇ ਆਫਿਸਿਸ ਨੂੰ ਵਿਜ਼ਿਟ ਕਰਦੇ ਨੇ ਔਰ ਸਾਨੂੰ ਇਹ ਮਹਿਸੂਸ ਵੀ ਕਰਵਾਉਂਦੇ ਨੇ ਕਿ ਜੋ ਅਸੀਂ ਉਪਰਾਲਾ ਕਰ ਰਹੇ ਹਾਂ ਇਸ ਪ੍ਰੋਗਰਾਮ ਦੇ ਥਰੂ ਜੋ ਕਿ ਅਸੀਂ ਇਨਫੋਰਮੇਸ਼ਨ ਨੂੰ ਆਪਾਂ ਸਪਰੈਡ ਕਰਨਾ ਚਾਹੁੰਦੇ ਹਾਂ ਉਹ ਉਪਰਾਲਾ ਜੋ ਸਾਡਾ ਹੈ ਉਹ ਕਿਤੇ ਨਾ ਕਿਤੇ ਸਾਨੂੰ ਸਕਸੈਸਫੁੱਲ ਹੁੰਦਾ ਨਜ਼ਰ ਆਉਂਦਾ ਹੈ ਸੋ ਇਸੇ ਕੜੀ ਨੂੰ ਅੱਗੇ ਲਗਾਤਾਰ ਵਧਾਉਂਦੇ ਹੋਏ ਅੱਜ ਸਾਡੇ ਨਾਲ ਮੌਜੂਦ ਹਨ ਮਿਸਟਰ ਅਵਿਨਾਸ਼ ਸਿੱਧੂ ਜੀ ਅਵਿਨਾਸ਼ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਦਰਸ਼ਕਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਵਿਨਾਸ਼ ਜੀ ਅੱਜ ਸਾਡੇ ਕੋਲ ਸਵਾਲ ਬਹੁਤ ਜ਼ਿਆਦਾ ਨੇ ਜੀ ਜਿਸ ਤਰੀਕੇ ਨਾਲ ਤੁਸੀਂ ਬੱਚਿਆਂ ਨੂੰ ਇਨਫੋਰਮੇਸ਼ਨ ਦਿੰਦੇ ਹੋ ਅਤੇ ਬੱਚੇ ਵੀ ਐਕਸਾਈਟਡ ਹੋ ਜਾਂਦੇ ਨੇ ਕਿ ਅਸੀਂ ਤੁਹਾਡੇ ਕੋਲ ਡਾਇਰੈਕਟ ਕਾਲਸ ਕਰੀਏ ਜਾਂ ਪ੍ਰੋਗਰਾਮ ਦੇ ਵਿੱਚ ਵੀ ਤੁਹਾਡਾ ਉਹਨਾਂ ਦਾ ਕੁਐਸਚਨ ਜੋ ਪੁੱਛਿਆ ਜਾਵੇ ਤਾਂ ਅੱਜ ਮੇਜਰ ਕੁਐਸਚਨ ਇਹ ਹੈ ਕਿ ਜਨਰਲੀ ਇਨਟੇਕ ਦੇ ਵਿੱਚ ਕੀ ਰੁਝਾਨ ਚੱਲ ਰਿਹਾ ਕਿ ਕਿਸ ਤਰੀਕੇ ਦਾ ਤੁਹਾਨੂੰ ਰਿਸਪੋਂਸ ਆ ਰਿਹਾ ਪਹਿਲਾ ਕੁਐਸਚਨ ਤੁਸੀਂ ਬਹੁਤ ਅੱਛਾ ਕੀਤਾ ਵਿਵੇਕ ਜੀ ਦੇਖੋ ਅੱਜ ਦੀ ਡੇਟ ਦੇ ਵਿੱਚ ਕੀ ਹੈਗਾ ਕਿ ਸਾਰੇ ਬੱਚਿਆਂ ਦੇ ਦਿਮਾਗ ਦੇ ਵਿੱਚ ਇੱਕੋ ਚੀਜ਼ ਹੈਗੀ ਹੈ ਕਿ ਅਸੀਂ ਜਨਵਰੀ ਇਨਟੇਕ ਹੀ ਅਪਲਾਈ ਕਰਨਾ ਪਰ ਇੱਕ ਚੀਜ਼ ਨੂੰ ਸਮਝਣਾ ਪਊਗਾ ਮੈਂ ਹਮੇਸ਼ਾ ਇੱਕੋ ਗੱਲ ਕਰਨਾ ਹੈ ਕਿ ਸਾਨੂੰ ਜਿਹੜੀ ਸੀਟਸ ਅਵੇਲੇਬਿਲਿਟੀਜ਼ ਹੈਗੀ ਹੈ ਹਰ ਕਾਲਜ ਦੀ ਹਰ ਯੂਨੀਵਰਸਿਟੀ ਦੀ ਇੱਕ ਲਿਮਿਟ ਹੈ ਜੀ ਉਹ ਆਪਣੀ ਲਿਮਿਟ ਦੇ ਜਿੰਨੀ ਹੈਗੀ ਆ ਓਨੀ ਹੀ ਸੀਟ ਰਿਜ਼ਰਵ ਇਸ਼ੂ ਕਰਦੇ ਆ ਓਨੇ ਹੀ ਉਹ ਬੱਚਿਆਂ ਨੂੰ ਆਫਰ ਲੈਟਰ ਇਸ਼ੂ ਕਰਦੇ ਆ ਜੀ ਹੋਇਆ ਕਿ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦਾ ਰਿਸਪੋਂਸ ਬਹੁਤ ਵਧੀਆ ਅਗਰ ਮੈਂ ਪਿਛਲੇ 3 ਇਨਟੇਕ ਤੋਂ ਦੇਖਾਂ ਤਾਂ ਇੰਨਾ ਵਧੀਆ ਰਿਸਪੋਂਸ ਕੈਨੇਡਾ ਦਾ ਆਇਆ ਕਿ ਕਿਸੇ ਦਾ ਵੀ ਨਹੀਂ ਆਇਆ ਇਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਮੈਕਸੀਮਮ ਲੋਕਾਂ ਦੀ ਮੈਕਸੀਮਮ ਸਟੂਡੈਂਟਸ ਦੀ ਮੈਕਸੀਮਮ ਪੇਰੈਂਟਸ ਦੀ ਇਹ ਇੱਛਾ ਹੈਗੀ ਹੈ ਕਿ ਅਸੀਂ ਕੈਨੇਡਾ ਅਪਲਾਈ ਕਰੀਏ ਔਰ ਹੋਣਾ ਵੀ ਚਾਹੀਦਾ ਅਗਰ ਮੈਨੂੰ ਕਿਸੇ ਕੰਟਰੀ ਦਾ ਵੀਜ਼ਾ ਸਕਸੈਸ ਰੇਟ ਮਿਲਦਾ ਪਿਆ ਹੈਗਾ ਤਾਂ ਮੈਨੂੰ ਡੈਫੀਨੇਟਲੀ ਉਸ ਕੰਟਰੀ ਲਈ ਅਪਲਾਈ ਕਰਨਾ ਚਾਹੀਦਾ ਕਿਉਂਕਿ ਮੇਰਾ ਮੇਨ ਮਕਸਦ ਤਾਂ ਵੀਜ਼ਾ ਲੈਂਦਾ ਔਰ ਉਹ ਵੀ ਕੈਨੇਡਾ ਵਰਗੀ ਕੰਟਰੀ ਦਾ ਜਿਹਦੇ ਪਤਾ ਮੈਨੂੰ ਇੱਕ ਵਾਰੀ ਅਗਰ ਮੇਰਾ ਵੀਜ਼ਾ ਲੱਗ ਜਾਂਦਾ ਹੈ ਮੇਰੀ ਪੂਰਾ ਫਿਊਚਰ ਉੱਥੇ ਵਧੀਆ ਤਰੀਕੇ ਨਾਲ ਸੈਟਲ ਹੋ ਸਕਦਾ ਹੈ ਸੈਟਲ ਕਰ ਸਕਦਾ ਬੱਚਾ ਹੁਣ ਗੱਲ ਕਰਾਂ ਕਿ ਜਿਹਦਾ ਆਪਾਂ ਗੱਲ ਕਰਦੇ ਪਏ ਜਨਵਰੀ ਇਨਟੇਕ ਦੀ ਲਾਸਟ ਇਨਟੇਕ ਦੇ ਵਿੱਚ ਅਗਰ ਮੈਂ ਥੋੜ੍ਹਾ ਜਿਹਾ ਪਿੱਛੇ ਲੈ ਕੇ ਜਾਣਾ ਚਾਹੂੰਗਾ ਤੁਹਾਨੂੰ ਅਗਰ ਆਪਾਂ ਸਪਟੰਬਰ ਇਨਟੇਕ ਦੀ ਗੱਲ ਕਰੀਏ ਸਤੰਬਰ ਇਨਟੇਕ ਦੇ ਵਿੱਚ ਵੀ ਬਹੁਤ ਬੱਚਿਆਂ ਨੇ ਅਪਲਾਈ ਕੀਤਾ ਉਹਦੇ ਵਿੱਚ ਕੀ ਹੋਇਆ ਕਿ ਸੀਟਸ ਘੱਟ ਸੀਗੀਆਂ ਕਾਫੀ ਬੱਚੇ ਹੋਲਡ ਹੋ ਕੇ ਉਹ ਜਨਵਰੀ ਇਨਟੇਕ 'ਚ ਚਲੇ ਗਏ ਜੀ ਜਨਵਰੀ ਇਨਟੇਕ 'ਚ ਫਿਰ ਬੱਚਿਆਂ ਨੇ ਅਪਲਾਈ ਕੀਤਾ ਹੋਇਆ ਕਿ ਜਿਹੜੀਆਂ ਸੀਟਸ ਅੱਗੇ ਸਾਨੂੰ ਅਕਤੂਬਰ ਤੱਕ ਜਾਂ ਨਵੰਬਰ ਤੱਕ ਵੀ ਮਿਲਦੀਆਂ ਰਹਿੰਦੀਆਂ ਸੀ ਜਨਵਰੀ ਦੀਆਂ ਉਹ ਰੀਸੈਂਟਲੀ ਹੁਣੇ ਹੀ ਕੰਪਲੀਟ ਹੋ ਗਈਆਂ ਜੀ ਫਿਲ ਹੋ ਗਈਆਂ ਜਿਸ ਵਜ੍ਹਾ ਕਰਕੇ ਅੱਜ ਦੀ ਡੇਟ ਦੇ ਵਿੱਚ ਆਫਰ ਲੈਟਰ ਇਸ਼ੂ ਨਹੀਂ ਕਰ ਰਹੇ ਜੀ ਹੁਣ ਉਹ ਜਿਹੜੀ ਆਫਰ ਲੈਟਰ ਸਾਨੂੰ ਇਸ਼ੂ ਨਹੀਂ ਕਰ ਰਹੇ ਹੈਗੇ ਆ ਦੈਟਸ ਮੀਨ ਕਿ ਸਾਨੂੰ ਜਨਵਰੀ ਇਨਟੇਕ ਨੂੰ ਨਾ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਇਹ ਸੋਚਣਾ ਚਾਹੀਦਾ ਸਾਨੂੰ ਸੀਟਸ ਮਿਲੇ ਤਾਂ ਮੈਂ ਹਰ ਉਹ ਪੇਰੈਂਟਸ ਨੂੰ ਹਰ ਉਹ ਬੱਚੇ ਨੂੰ ਕਹਿਣਾ ਜਿਹਨੂੰ ਲੱਗਦਾ ਹੈ ਕਿ ਸਾਨੂੰ ਜਨਵਰੀ ਇਨਟੇਕ ਲਈ ਸੀਟ ਨਹੀਂ ਮਿਲਦੀ ਤੁਸੀਂ ਇਮੀਡੀਏਟ ਉਹਨਾਂ ਨੂੰ ਮਈ ਇਨਟੇਕ ਲਈ ਅਪਲਾਈ ਕਰੋ ਕਿਉਂਕਿ ਇਹ ਨਾ ਹੋਵੇ ਕਿ ਕੱਲ੍ਹ ਨੂੰ ਤੁਹਾਨੂੰ ਅਗਰ ਮੈਂ ਸੋਚਿਆ ਚਲੋ ਮੈਂ ਦੇਖਦਾ ਮੈਂ ਇਸ ਕੰਸਲਟੈਂਟ ਕੋ ਗਿਆ ਮੈਂ ਦੂਸਰੇ ਕੰਸਲਟੈਂਟ ਕੋ ਜਾਣਾ ਮੈਂ ਤੀਸਰੇ ਕੰਸਲਟੈਂਟ ਕੋਲ ਸ਼ਾਇਦ ਮੈਨੂੰ ਸੀਟ ਮਿਲ ਜਾਵੇ ਇੱਦਾਂ ਨਹੀਂ ਹੁੰਦਾ ਅਗਰ ਸੀਟ ਅਵੇਲੇਬਿਲਟੀ ਹੈਗੀ ਹੈ ਤਾਂ ਸਾਰਿਆਂ ਕੋਲ ਹੈ ਅਗਰ ਉਹ ਨਹੀਂ ਹੈ ਤਾਂ ਕਿਸੇ ਕੋਲ ਵੀ ਨਹੀਂ ਹੈ ਕਿਸੇ ਤੋਂ ਵੀ ਨਹੀਂ ਹੈ ਠੀਕ ਹੈ ਨਾ ਹੁਣ ਕੀ ਅਗਰ ਮੈਨੂੰ ਸੀਟ ਨਹੀਂ ਮਿਲੀ ਮੈਂ ਇਸ ਚੱਕਰ ਦੇ ਵਿੱਚ ਮਹੀਨਾ 2 ਮਹੀਨੇ ਹੋਰ ਕੱਢ ਦਿੰਦਾ ਤਾਂ ਹੋ ਸਕਦਾ ਕਿ ਮੈਨੂੰ ਮਈ ਇਨਟੇਕ ਲਈ ਵੀ ਸੀਟ ਨਾ ਮਿਲੇ ਤਾਂ ਮੈਂ ਹਰ ਉਹ ਬੱਚੇ ਨੂੰ ਕਹਿਣਾ ਚਾਹੂੰਗਾ ਜਿਹਨਾਂ ਨੂੰ ਲੱਗਦਾ ਪਿਆ ਕਿ ਮੈਨੂੰ ਜਨਵਰੀ ਇਨਟੇਕ ਦੇ ਵਿੱਚ ਸੀਟ ਨਹੀਂ ਮਿਲਦੀ ਪਈ ਹੈ ਮੈਨੂੰ ਉੱਥੇ ਆਫਰ ਲੈਟਰਸ ਨਹੀਂ ਆ ਰਹੀ ਹੈਗੀ ਹੈ ਤੁਸੀਂ ਜਿਸ ਵੀ ਕੰਸਲਟੈਂਟ ਕੋ ਅਪਲਾਈ ਕੀਤਾ ਉਹਨਾਂ ਨਾਲ ਡਿਸਕਸ਼ਨ ਕਰੋ ਅਗਰ ਨਹੀਂ ਆ ਰਹੀ ਉਹਨੂੰ ਕੋ ਇਮੀਡੀਏਟ ਮੇਰਾ ਤੁਸੀਂ ਮਈ ਇਨਟੇਕ ਲਈ ਅਪਲਾਈ ਕਰੋ ਅਵਿਨਾਸ਼ ਜੀ ਇੱਕ ਹੌਟ ਕੁਐਸਚਨ ਇਹ ਵੀ ਆਇਆ ਸੀਗਾ ਬੱਚੇ ਦਾ ਇੱਕ ਬੱਚੇ ਨੇ ਕੀਤਾ ਸੀ ਡਿਪਲੋਮਾ ਜੀ ਡਿਪਲੋਮਾ ਜਦੋਂ ਅਪਲਾਈ ਕੀਤਾ ਗਿਆ ਉਹਦੀ ਸਪਟੈਂਬਰ ਇਨਟੇਕ ਦੇ ਵਿੱਚ ਰਿਜੈਕਸ਼ਨ ਹੋ ਗਈ ਜੀ ਔਰ ਜੋ ਰੀਜ਼ਨ ਦੱਸਿਆ ਗਿਆ ਏਜੰਟ ਨੇ ਜੋ ਰੀਜ਼ਨ ਦੱਸਿਆ ਗਿਆ ਕਿ ਡਿਪਲੋਮਾ ਹੋਲਡਰਸ ਦੇ ਲਈ ਇਮੀਗ੍ਰੇਸ਼ਨ ਜੋ ਹੈ ਐਮਬੈਸੀਜ਼ ਨੇ ਆਪਣੇ ਰੂਲਸ ਚੇਂਜ ਕੀਤੇ ਕੈਨੇਡਾ ਇਮੀਗ੍ਰੇਸ਼ਨ ਨੇ ਜਿਹੜੇ ਵੀ ਬੱਚੇ ਵੈਬਸਾਈਟ ਦੇਖਦੇ ਆ ਉੱਥੇ ਅਪਡੇਸ਼ਨ ਜਦੋਂ ਵੀ ਹੁੰਦੀ ਹੈ ਤੁਹਾਨੂੰ ਕੈਨੇਡਾ ਵੈਬਸਾਈਟ ਦੇ ਉੱਪਰ ਜਾ ਕੇ ਸੀਆਈਸੀ ਦੀ ਵੈਬਸਾਈਟ ਤੇ ਇਨਫੋਰਮੇਸ਼ਨ ਨੂੰ ਸੀਆਈਸੀ ਦੀ ਵੈਬਸਾਈਟ ਤੇ ਜਾ ਕੇ ਤੁਹਾਨੂੰ ਜੋ ਵੀ ਅਪਡੇਸ਼ਨ ਹੁੰਦੀ ਹੈ ਸਾਨੂੰ ਉੱਥੇ ਮਿਲ ਜਾਂਦੀ ਜੀ ਅਗਰ ਕੋਈ ਅਪਡੇਸ਼ਨ ਉੱਥੇ ਨਹੀਂ ਆ ਗਈ ਕੋਈ ਵੀ ਕੰਸਲਟੈਂਟ ਤੁਹਾਨੂੰ ਕੋਈ ਕਹਿ ਰਿਹਾ ਕਿ ਆਹ ਚੇਂਜਸ ਆ ਗਿਆ ਉਹਨੂੰ ਕੋ ਮੈਨੂੰ ਦਿਖਾਓ ਤੁਸੀਂ ਜੀ ਅਗਰ ਉਹ ਕਹਿ ਰਿਹਾ ਨਹੀਂ ਦਿਖਾ ਰਿਹਾ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਕਿ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਚੀਜ਼ ਹਾਈਡ ਨਹੀਂ ਹੈਗੀ ਪਰ ਮੇਰੇ ਖਿਆਲ ਨਾਲ ਜੋ ਕਾਲਜਿਸ ਨੇ ਵੀ ਆਪਣਾ ਕੁਝ ਕ੍ਰਾਈਟੇਰੀਆ ਜਾਂ ਸਟੈਂਡਰਡ ਜੋ ਨੇ ਅਪਗ੍ਰੇਡ ਕੀਤੇ ਨੇ ਜਾਂ ਲੋਗ੍ਰੇਡ ਕੀਤੇ ਨੇ ਨਹੀਂ ਨਹੀਂ ਇੱਦਾਂ ਦਾ ਕੁਛ ਨਹੀਂ ਹੈਗਾ ਹਰ ਕਾਲਜ ਜਦੋਂ ਦੇਖੋ ਰਸ਼ ਹੁੰਦਾ ਹਰ ਬੰਦਾ ਚਾਹੁੰਦਾ ਉਹਨੂੰ ਪਤਾ ਕਿ ਮੇਰੇ ਕੋਲ 100 ਮੇਰੀ ਸਪੋਜ਼ ਮੇਰੀ ਸੀਟ 100 ਹੈਗੀਆਂ ਕਾਲਜ ਨੂੰ 500 ਐਪਲੀਕੇਸ਼ਨ ਆ ਰਹੀਆਂ ਤਾਂ ਕਾਲਜ ਕੀ ਕਰਦਾ ਜਿਹੜੀ ਬੈਸਟ ਪ੍ਰੋਫਾਈਲ ਹੈ ਉਹਨੂੰ ਪਿਕ ਕਰਦਾ ਫਰਕ ਸਿਰਫ ਇੰਨਾ ਹੀ ਹੈ ਔਰ ਉਹਦੀ ਜਗ੍ਹਾ ਕੋਈ ਵੀ ਹੋਏਗਾ ਉਹ ਵੀ ਇਹ ਸੋਚੇਗਾ ਕਿ ਅਗਰ ਮੇਰੇ ਕੋਈ ਸਟੂਡੈਂਟਸ ਆ ਰਿਹਾ ਮੇਰੇ ਕਾਲਜ 'ਚ ਕੋਈ ਸਟੂਡੈਂਟਸ ਆ ਰਿਹਾ ਹੈਗਾ ਤਾਂ ਬ੍ਰਾਈਟ ਸਟੂਡੈਂਟਸ ਹਨ ਤਾਂ ਕਿ ਮੈਨੂੰ ਉਹਨਾਂ ਦਾ ਬੈਨੀਫਿਟਸ ਮਿਲੇ ਤਾਂ ਇਹੀ ਚੀਜ਼ ਉਹ ਧਿਆਨ ਦੇ ਵਿੱਚ ਰੱਖਦੇ ਆ ਹੋਰ ਇਹ ਕੋਈ ਜ਼ਰੂਰੀ ਨਹੀਂ ਹੈਗਾ ਫਿਲਹਾਲ ਕੋਈ ਇੱਦਾਂ ਦੇ ਰੂਲ ਚੇਂਜ ਨਹੀਂ ਹੋਏ ਸੇਮ ਐਜ਼ ਜਿਹੜੇ ਜੋ ਪ੍ਰੀਵੀਅਸ ਹੈਗਾ ਕੰਟੀਨਿਊ ਹੈ
ਫਿਲਹਾਲ ਰੀਸੈਂਟਲੀ ਕੋਈ ਵੀ ਚੇਂਜਸ ਨਹੀਂ ਹੈਗੀ। ਅਗਰ ਤੁਹਾਡੀ ਰਿਫਿਊਜ਼ਲ ਆ ਵੀ ਗਈ ਹੈ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ, ਕੋਈ ਇਹਦੇ 'ਚ ਇਸ਼ੂ ਨਹੀਂ ਹੈਗਾ ਕਿ ਮੇਰੀ ਅਗਰ ਰਿਫਿਊਜ਼ਲ ਆ ਗਈ ਹੈਗੀ ਮੈਂ ਦੁਬਾਰਾ ਅਪਲਾਈ ਨਹੀਂ ਕਰ ਸਕਦਾ। ਹੋ ਸਕਦਾ ਕਿ ਉਸ ਕੋਈ ਹੋਰ ਜਿਸ ਜਦੋਂ ਅਪਲਾਈ ਕੀਤਾ ਤੁਸੀਂ ਸ਼ਾਇਦ ਲੇਟ ਕੀਤਾ ਹੋਵੇ, ਹੋ ਸਕਦਾ ਉਸ ਟਾਈਮ ਉਸ ਕਾਲਜ ਦੇ ਵਿੱਚ ਸੀਟਸ ਪੂਰੀਆਂ ਹੋ ਗਈਆਂ ਹੁਣ, ਜਿਹਦੇ ਕਰਕੇ ਅੰਬੈਸੀ ਨੂੰ ਮਜਬੂਰ ਹੋ ਤੁਹਾਨੂੰ ਰਿਫਿਊਜ਼ਲ ਦੇਣੀ ਪਈ ਹੈ। ਤੁਸੀਂ ਬਿਨਾਂ ਸਮੇਂ ਗਵਾਏ ਦੁਬਾਰਾ ਅਪਲਾਈ ਕਰੋ, ਨਵੀਂ ਆਫਰ ਲੈਟਰ ਨਵੇਂ ਕਾਲਜ ਤੋਂ ਅਪਲਾਈ ਕਰਕੇ ਦੁਬਾਰਾ ਅਪਲਾਈ ਕਰੋ, ਵੀਜ਼ਾ ਡੈਫੀਨੇਟਲੀ ਲੱਗ। ਮੇਰੇ ਤਾਂ ਖਿਆਲ ਨਾਲ ਅੰਬੈਸੀ ਨੇ ਕੋਈ ਇਹ ਚੀਜ਼ ਕਹੀ ਨਹੀਂ ਹੈ ਕਿ ਜੋ ਵੀਜ਼ਾ ਰਿਜੈਕਟ ਹੋ ਗਿਆ ਦੁਬਾਰਾ ਨਹੀਂ ਲੱਗ ਸਕਦਾ। ਐਗਜੈਕਟਲੀ ਇਹ ਤਾਂ ਕੋਈ ਹੀ ਚੀਜ਼ਾਂ ਹੈਗੀਆਂ, ਇਹ ਸ਼ਾਇਦ ਲੋਕਾਂ ਦੇ ਦਿਮਾਗ 'ਚ ਆ ਜਾਂਦੀ ਹੈ, ਕੰਸਲਟੈਂਟ ਪਾ ਦਿੰਦੇ ਆ, ਕਦੀ ਇੱਦਾਂ ਨਹੀਂ ਹੋ ਸਕਦਾ। ਅਗਰ ਮੇਰੇ ਡਾਕੂਮੈਂਟਸ ਜੈਨੂਇਨ ਹੈ, ਡਾਕੂਮੈਂਟਸ ਹੈ ਮੇਰੇ ਸਟੱਡੀ ਡਾਕੂਮੈਂਟਸ ਜੈਨੂਇਨ ਹੈ, ਮੈਂ ਪ੍ਰੋਫਾਈਲ ਆਪਣੀ ਸਹੀ ਤਰੀਕੇ ਨਾਲ ਬਣਾਈ ਹੈ, ਮੇਰਾ ਕੋਰਸ ਰੈਲੀਵੈਂਸੀ ਹੈਗੀ ਹੈ, ਮੇਰੀ ਆਈਲੈਟਸ ਸਕੋਰ ਪੂਰਾ ਹੈਗਾ, ਤਾਂ ਵੀਜ਼ਾ ਨਾ ਮਿਲਣ ਦਾ ਕੋਈ ਇਸ਼ੂ ਨਹੀਂ ਹੈਗਾ, ਵੀਜ਼ਾ ਤੁਹਾਨੂੰ ਮਿਲੇਗਾ ਮਿਲੇਗਾ। ਅਵਿਨਾਸ਼ ਜੀ, ਮੇਰੇ ਖਿਆਲ ਨਾਲ ਰੀਜ਼ਨ ਵੀ ਇਹੀ ਜ਼ਿਆਦਾਤਰ ਰਿਹਾ ਕਿ ਕੋਰਸ ਰੈਲੀਵੈਂਸੀ ਜਿਹੜੀ ਹੈ ਬੜੀ ਮੈਟਰ ਕਰਦੀ ਹੈ। ਦੂਸਰਾ, ਕੁਝ ਏਜੰਟਸ ਨੂੰ ਇਹੀ ਨਹੀਂ ਪਤਾ ਹੈ ਕਿ ਕੋਰਸ ਜਿਹੜਾ ਬੱਚਾ ਅਪਲਾਈ ਕਰ ਰਿਹਾ ਉਹਦਾ ਕੀ ਕ੍ਰਾਈਟੀਰੀਆ, ਸਟੈਂਡਰਡਸ ਕੀ ਨੇ, ਕਾਲਜ ਦੇ ਕੀ ਸਟੈਂਡਰਡਸ ਨੇ, ਉਹ ਕਾਲਜ ਨੂੰ ਬੱਚਾ ਜੋ ਹੈ ਉਹ ਕੁਆਲੀਫਾਈ ਕਰ ਰਿਹਾ ਕਿ ਨਹੀਂ ਕਰ ਰਿਹਾ। ਦੇਖੋ, ਹਰ ਕਾਲਜ ਦੀ ਹੈ, ਕੁਝ ਕਾਲਜ 6.5 ਬੈਂਡ ਨੂੰ ਪ੍ਰੈਫਰੈਂਸ ਕਰਦੇ ਆ, ਕੁਝ ਕਾਲਜ 6 ਬੈਂਡ ਨੂੰ ਪ੍ਰੈਫਰ ਕਰਦੇ ਜੀ। ਮੈਂ ਦੇਖਣਾ ਕਿ ਮੇਰੀ ਪ੍ਰੋਫਾਈਲ ਦੇ ਅਕੋਰਡਿੰਗਲੀ ਮੈਂ ਕਿੱਥੇ ਸੈੱਟ ਆ ਰਿਹਾ। ਅਗਰ ਮੇਰੇ 6 ਬੈਂਡ ਹੈ ਤਾਂ ਮੈਂ ਉਹ ਕਾਲਜ ਸੈੱਟ ਆਫਰ ਲੈਟਰਸ ਲਈ ਅਪਲਾਈ ਕਰਾਂ ਜਿਹੜੇ ਮੈਨੂੰ 6 ਬੈਂਡ ਦੇ ਉੱਪਰ ਆਫਰ ਇਸ਼ੂ ਕਰ ਰਿਹਾ ਜੀ। ਅਗਰ ਮੇਰੇ 6.5 ਹੈ ਮੈਂ 6.5 ਵਾਲਾ ਕਾਲਜ ਇਸ਼ੂ ਚੂਜ਼ ਕਰਾਂ ਜੀ। ਕਾਲਜ ਚੂਜ਼ ਕਰਨਾ ਵੈਰੀ ਇੰਪੋਰਟੈਂਟ ਹੈ, ਪਰ ਉਸ ਤੋਂ ਜ਼ਰੂਰੀ ਹੈ ਕੋਰਸ। ਜਿਹੜਾ ਵੀ ਅੱਛਾ ਕੰਸਲਟੈਂਟ ਹੋਏਗਾ ਉਹਨੂੰ ਇਹ ਗੱਲ ਦਾ ਪਤਾ ਹੈ ਕਿ ਮੈਂ ਵੀਜ਼ਾ ਲੈਣਾ ਜੀ। ਉਹ ਹਮੇਸ਼ਾ ਤੁਹਾਡੀ ਰੈਲੀਵੈਂਸੀ ਦੇ ਥਰੂ ਹੀ ਤੁਹਾਨੂੰ ਅਪਲਾਈ ਕਰੇਗਾ ਤਾਂ ਕਿ ਤੁਹਾਡਾ ਵੀਜ਼ਾ ਆਵੇ ਜੀ। ਕੰਸਲਟੈਂਟ ਨੂੰ ਵੀ ਉਦੋਂ ਹੀ ਬੈਨੀਫਿਟ ਹੈ ਜਦੋਂ ਤੁਹਾਡਾ ਵੀਜ਼ਾ ਆ ਗਿਆ, ਕੱਲਾ ਅਪਲਾਈ ਕਰਨ ਦਾ ਉਹਨੂੰ ਕੋਈ ਬੈਨੀਫਿਟ ਨਹੀਂ ਹੈਗਾ। ਇਸ ਕਰਕੇ ਕੋਈ ਵੀ ਕੰਸਲਟੈਂਟ, ਮੇ ਬੀ ਮੈਂ ਤਾਂ ਇਸ ਗੱਲ ਤੋਂ ਕਰਾਂ, ਸ਼ਾਇਦ ਮੈਂ ਆਪਣੀ ਗੱਲ ਕਰਦਾ, ਮੈਨੂੰ ਕਾਫੀ ਸਾਰੇ ਫੇਸਬੁੱਕ ਦੇ ਵਿੱਚ ਵੀ ਤੁਸੀਂ ਇਨਬੋਕਸ ਕਰਦੇ ਹੋ, ਕਾਫੀ ਬੱਚਿਆਂ ਦੇ ਮੈਸੇਜ ਆਉਂਦੇ ਆ ਔਰ ਮੈਂ ਉਹ ਵੀ ਸਾਰੇ ਇੱਕੋ ਗੱਲ ਪੁੱਛਦੇ ਆ ਮੈਨੂੰ ਕਿ ਸਰ ਮੇਰੀ ਪ੍ਰੋਫਾਈਲ ਦੇ ਅਕੋਰਡਿੰਗਲੀ ਵੀਜ਼ਾ ਹੋ ਸਕਦਾ ਕਿ ਨਹੀਂ ਹੋ ਸਕਦਾ। ਮੈਂ ਬੱਚਿਆਂ ਨੂੰ ਹਮੇਸ਼ਾ ਸੁਜੈਸਟ ਕੀਤਾ ਜਿਹੜਾ ਹੋ ਸਕਦਾ ਉਹਨੂੰ ਕਰਾਂ, ਹਾਂ ਤੁਸੀਂ ਅਪਲਾਈ ਕਰੋ, ਜਿਹੜਾ ਮੈਂ ਕਹਿੰਦਾ ਨਹੀਂ ਸਰ ਤੁਸੀਂ ਆਈਲੈਂਡਸ ਦੁਬਾਰਾ ਕਰ ਲਓ, ਜਾਂ ਤੁਹਾਡਾ ਅਗਰ ਗੈਪ ਪੈ ਗਿਆ ਹੈਗਾ, ਤੁਸੀਂ ਪਲੱਸ ਟੂ ਕੀਤੀ ਹੈ 2 ਸਾਲ ਦਾ ਗੈਪ, ਤੁਸੀਂ ਆਪਣੀ ਗ੍ਰੈਜੂਏਸ਼ਨ ਕੰਪਲੀਟ ਕਰ ਲਓ, ਬੀਕੌਮ ਕਰ ਲਓ, ਬੀਏ ਕਰ ਲਓ, ਜੋ ਬੀਐਸਸੀ ਤੁਸੀਂ ਕਰ ਰਹੇ ਹੋ ਉਹਨੂੰ ਕੰਟੀਨਿਊ ਕਰਕੇ ਦੈਨ ਅਪਲਾਈ ਕਰੋ ਜੀ। ਇਹ ਸਮਝਣਾ ਜ਼ਰੂਰੀ ਹੈ ਕਿ ਮੇਰੀ ਪ੍ਰੋਫਾਈਲ ਸੈੱਟ, ਅਗਰ ਮੈਂ ਸਹੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਕਾਲਜ ਚੂਜ਼ ਕਰਕੇ ਮੈਂ ਅਪਲਾਈ ਕਰਾਂ ਤਾਂ ਵੀਜ਼ਾ ਡੈਫੀਨੇਟਲੀ ਮਿਲੇਗਾ। ਕੈਨੇਡਾ ਕਦੀ ਨਹੀਂ ਕਹਿੰਦਾ ਕਿ ਮੈਂ ਵੀਜ਼ਾ ਨਹੀਂ ਦੇਣਾ, ਉਹ ਹਮੇਸ਼ਾ ਇੱਕ ਚੀਜ਼ ਕਹਿੰਦਾ ਹੈ ਕਿ ਮੈਂ ਅੱਛੇ ਬੱਚਿਆਂ ਨੂੰ ਵੀਜ਼ਾ ਦੇਣਾ ਜੀ। ਅਵਿਨਾਸ਼ ਜੀ, ਤੁਹਾਨੂੰ ਜਿੱਦਾਂ ਪਹਿਲੇ ਹੀ ਕਿਹਾ ਸੀ ਮੈਂ ਕਿ ਸਾਡੇ ਕੋਲ ਅੱਜ ਕੁਐਸਚਨ ਬਹੁਤ ਜ਼ਿਆਦਾ ਨੇ ਜੀ ਜੀ, ਸੋ ਇੱਕ ਕੁਐਸਚਨ ਬਠਿੰਡਾ ਤੋਂ ਯੁਵਰਾਜ ਸਿੰਘ ਜੀ ਨੇ ਪੁੱਛਿਆ ਸੀਗਾ ਜੀ, ਕਹਿ ਰਿਹਾ ਕਿ ਸਾਨੂੰ ਕੁਛ ਐਵਰੇਜ ਦੱਸੋ ਕਿ ਐਵਰੇਜ ਫੀਸ ਕੀ ਹੈ, ਅਗਰ ਸਪੋਜ਼ ਬੀ ਏ ਤੋਂ ਬਾਅਦ ਬੱਚੇ ਨੇ ਉੱਥੇ ਜਾਣਾ ਹੈ, ਕਿਹੜਾ ਕੋਰਸ ਲਏ, ਕੀ ਐਵਰੇਜ ਫੀਸ ਹੈ, ਪਲੱਸ ਉਹਦੇ ਲਈ ਫੰਡਸ ਕਿਸ ਤਰੀਕੇ ਨਾਲ ਉਹ ਮੈਨੇਜ ਕਰ ਸਕਦੇ ਨੇ, ਜਾਂ ਕਿੰਨੇ ਰਿਕੁਆਇਰਮੈਂਟ ਹੈ ਫੰਡਸ ਦੀ। ਦੇਖੋ, ਇੱਕ ਗੱਲ ਕਰਾਂ, ਕੈਨੇਡਾ ਦੀ ਅਗਰ ਮੈਂ ਐਸ ਪੀ ਪੀ ਦੇ ਅੰਡਰ ਫਾਈਲ ਲਗਾ ਰਿਹਾ ਤਾਂ ਇੱਕ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੈਗੀ ਹੈ ਕਿ ਮੈਨੂੰ ਕੋਈ ਫੰਡਸ ਦਿਖਾਉਣ ਦੀ ਲੋੜ ਨਹੀਂ ਹੈਗੀ ਜੀ। ਸਿੰਪਲ, ਫਸਟ ਮੇਰਾ ਜੀ ਆਈ ਸੀ ਜਾਣਾ $10,200 ਦਾ, ਸੈਕਿੰਡ ਮੇਰੀ ਗੱਲ ਆ ਜਾਂਦੀ ਫੀਸ ਦੀ, ਮੈਂ 2 ਸਮੈਸਟਰ ਦੀ ਫੀਸ ਵੀ ਪੇ ਕਰਕੇ ਜਾ ਸਕਦਾ, ਮੈਂ 1 ਸਮੈਸਟਰ ਦੀ ਫੀਸ ਵੀ ਪੇ ਕਰਕੇ ਜਾ ਸਕਦਾ। 2 ਸਮੈਸਟਰ ਦੀ ਫੀਸ ਦੇਣ ਦਾ ਕੀ ਫਾਇਦਾ ਹੋਏਗਾ? ਦੇਖੋ, 2 ਸਮੈਸਟਰ ਦੀ ਫੀਸ ਅਗਰ ਮੈਂ ਦੇ ਦਿੰਦਾ, ਮੈਨੂੰ ਬੱਚੇ ਨੂੰ 4 ਮਹੀਨੇ ਬਾਅਦ ਜਾ ਕੇ ਦੁਬਾਰਾ ਫੀਸ ਪੀਏ ਨਹੀਂ ਕਰਨੀ ਪੈਂਦੀ, ਉਹਦੀ ਫੀਸ ਇੱਥੋਂ ਗਈ ਹੁੰਦੀ। ਅਗਰ ਤੁਸੀਂ 1 ਸਮੈਸਟਰ ਦੇ ਰਹੇ ਹੋ ਤੁਹਾਨੂੰ 4 ਮਹੀਨੇ ਬਾਅਦ ਦੁਬਾਰਾ ਬੱਚੇ ਦੀ ਫੀਸ। ਕਰੰਸੀ ਰੇਟ ਦਾ ਵੀ ਫਰਕ ਪੈ ਜਾਂਦਾ? ਦੇਖੋ, ਕਰੰਸੀ ਦਾ ਘੱਟ ਵੱਧ ਹੁੰਦੇ ਰਹਿੰਦੇ, ਉਸ ਚੀਜ਼ ਨੂੰ ਤਾਂ ਮੈਂ ਨਹੀਂ ਜਾਊਂਗਾ, ਕਿਉਂਕਿ ਕਰੰਸੀ ਦਾ ਪਿੱਛੇ ਲੰਮਾ ਭੇਜਿਆ 50 ਸੀਗੇ, ਅੱਜ 53 ਦੇ ਆਸ ਪਾਸ ਰੇਟ ਚੱਲਿਆ। ਇਹ ਕੋਈ ਜ਼ਰੂਰੀ ਨਹੀਂ ਹੈਗਾ ਕੱਲ੍ਹ ਨੂੰ ਕੀ ਹੋਣਾ ਕਿਸੇ ਨੂੰ ਨਹੀਂ ਪਤਾ, ਕਰੰਸੀ ਸਾਡੇ ਹੱਥ 'ਚ ਨਹੀਂ ਹੈਗੀ ਜੀ। ਪਰ ਅਗਰ ਮੇਰੇ ਕੋਲ ਪੈਸੇ ਹੈਗੇ ਆ ਤਾਂ ਮੈਂ 2 ਸਮੈਸਟਰ ਦੀ ਫੀਸ ਪੇ ਕਰਾਂ ਜੀ। ਅਗਰ ਮੇਰੇ ਕੋਈ ਪ੍ਰੋਬਲਮ ਹੈਗੀ ਹੈ, ਮੈਂ 1 ਸਮੈਸਟਰ ਦੀ ਫੀਸ ਪੇ ਕਰਕੇ ਵੀ ਜਾ ਸਕਦਾ, ਜਿਹੜੀ ਕਿ 2.5 ਲੱਖ ਤੋਂ ਸ਼ੁਰੂ ਹੋ ਜਾਂਦੀ ਹੈ ਔਰ 4.5 ਲੱਖ ਤੱਕ ਜਾਂਦੀ ਹੈ। ਫੰਡਸ ਕਿਹਦੇ ਵਾਲੀ ਕੀ ਕਿਸ ਤਰੀਕੇ ਨਾਲ ਮੈਟਰ ਕਰਦੇ ਜੀ, ਕਿੰਨੇ ਫੰਡ ਚਾਹੀਦੇ? ਸਰ, ਫੰਡ ਦੀ ਮੈਂ ਅੱਗੇ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਫੰਡ ਦੀ ਕੋਈ ਲੋੜ ਨਹੀਂ ਹੈਗੀ। ਕੈਨੇਡਾ ਦੇ ਵਿੱਚ ਤੁਹਾਡਾ ਜੀ ਆਈ ਸੀ ਚਲਾ ਜਾਣਾ $10,200 ਦਾ, ਪਲੱਸ ਤੁਹਾਡੀ ਕਾਲਜ ਦੀ ਫੀਸ ਜਾਣੀ ਹੈ, ਉਹਨਾਂ ਦੀ ਰਿਸੀਪਟ ਲੈ ਕੇ ਤੁਸੀਂ ਅੰਬੈਸੀ ਫਾਈਲ ਲਗਾ ਦੇਣੀ ਹੈ, ਤੁਹਾਡਾ ਵੀਜ਼ਾ ਹੋ ਜਾਣਾ ਹੈ। ਇੱਕ ਕੈਨੇਡਾ ਹੀ ਕਿੱਦਾਂ ਦੀ ਕੰਟਰੀ ਹੈਗੀ ਜਿਹੜੀ ਕਹਿੰਦੀ ਮੈਨੂੰ ਕੋਈ ਫੰਡਸ ਦੀ ਲੋੜ ਨਹੀਂ ਹੈ, ਕਿਉਂਕਿ ਉਹ ਫੰਡਸ ਕਿਸ ਲੋੜ ਪੈਂਦੀ ਹੈ ਜਦੋਂ ਮੈਨੂੰ ਲਿਵਿੰਗ ਐਕਸਪੈਂਸਿਸ ਸ਼ੋਅ ਕਰਨੇ ਪੈਂਦੇ ਆ, ਉਹ ਸਾਡੇ ਕੋਲ 1 ਸਾਲ ਦੇ ਲਿਵਿੰਗ ਐਕਸਪੈਂਸਿਸ ਜੀ ਆਈ ਸੀ ਦੇ ਰੂਪ ਦੇ ਵਿੱਚ ਪਹਿਲਾਂ ਹੀ ਮੰਗਾ ਲੈਂਦੇ ਆ, ਜਿਹੜੇ ਤੁਹਾਨੂੰ ਉੱਥੇ ਜਾ ਕੇ ਵਾਪਸ ਹੋ ਜਾਂਦੇ ਆ। ਤਾਂ ਅਗਰ ਮੈਨੂੰ ਸਾਰੀ ਚੀਜ਼ਾਂ ਪਹਿਲਾਂ ਹੀ ਉਹ ਲੈ ਲਈ, ਗੌਰਮੈਂਟ ਨੇ ਉੱਥੋਂ ਲੈ ਲਈ ਆ, ਤਾਂ ਤੁਹਾਨੂੰ ਫੰਡ ਦਿਖਾਉਣੀ। ਇਸ ਕਰਕੇ ਮੈਂ ਸਭ ਤੋਂ ਈਜ਼ੀ ਵੀਜ਼ਾ ਕੈਨੇਡਾ ਨੂੰ ਮੰਨਦਾ ਹੈ ਕਿ ਜਿੱਥੇ ਆਪਾਂ ਨੂੰ ਫੰਡਸ, ਬਾਕੀ ਕੰਟਰੀਆਂ ਦੇ ਵਿੱਚ ਡੈਫੀਨੇਟਲੀ ਫੰਡਸ ਦਿਖਾਉਣੇ ਪੈਂਦੇ ਆ, ਪਰ
यूट्यूब पेज है पृथ्वी ओवरसीज़ जलंधर के नाते, उसके काफ़ी वीडियोज़ ने, काफ़ी इन्फॉर्मेशन तुसी ले सकते हो। फेसबुक पेज से भी जा सकते हो, पृथ्वी ओवरसीज़ जलंधर नाते फेसबुक पेज भी है, तुसी उन्हें लाइक करो, उसके जो अपडेशन्स ने तुसी उन्हें देख सकते हो और प्रॉपर इन्फॉर्मेशन भी ले सकते हो। तो जी अविनाश जी, अगे चलते हुए असी गल करिए कि फंड्स की तो गल हो गई, जे बच्चे अगे जाके पी आर ही बेसिक मोटिव तो पी आर दा वो लैन दे लई उत्थे की बिहेव करना पएगा आपां नूं? देखो दो चीज़ां हैगियां, किसी भी कंट्री दे विच अगर तुसीं पी आर लैनी है, सब तो जरूरी चीज़ हैगी है उत्थे रूल एंड रेगुलेशन नूं फॉलो करो जी, ठीक है ना। अगर मैं उत्थे कोई भी इनलीगल एक्टिविटीज़ नहीं करता, मैं अपना काम रूटीन दे विच करदा, मैं जिहड़ी सैलरी मिलती है उन्होंने अपने अकाउंट्स दे विच लैंदा, कैश ना लेकर के मैं अकाउंट्स पे लैंदा या चैक थ्रू लैंदा, तो मेरे एक प्रोफाइल बनती रहेगी। जदों तुसी दो बार स्टडी तो बाद वर्क परमिट लैना हैगा उन्होंने कंटिन्यू अपने बैंक अकाउंट्स दे विच जमा कराओ, एक अच्छी प्रोफाइल क्रिएट करो, डेफिनेटली पी आर मिलती है। कनेडा तो ईजी पी आर वर्ल्ड दे विच किते नहीं मिलती, जो मेरी सोचनी है सिर्फ एक चीज़ हैगी है कि तुसी दे आके जाना है भी तुसी कनेडा दे विच परमानेंट रहना है। अगर तुसी सोचदे हो मैं इत्थे रहना है तो तुसी उहनां दे कानून दे अंदर रहोगे, तुसी उहनां दे लॉ नूं फॉलो करोगे तो डेफिनेटली तुहानूं वीज़ा मिलेगा। और मैं एक गल होर कहना चाहूँगा दोस्तों, अगर तुहानूं कोई भी क्वेश्चन तुसी पूछना चाहते हो तुसी इनबॉक्स फेसबुक दे विच जाके डायरैक्ट मैनूं इनबॉक्स कर सकते हो, और फेसबुक पेज मैं खुद डेली चैक करना हैगा, तुहाडे किसी भी तरीके दे कोई क्वेश्चन तुसी अगर मैनूं इनबॉक्स कर दिओ तो इमीजिएट तुहानूं उहदा रिप्लाई भी मिलेगा। और मैं खुश हैगा कि काफ़ी स्टूडेंट्स, काफ़ी पेरेंट्स सानू बार बार उत्थे आंदे आ, इनबॉक्स करदे आ, बड़ी खुशी हुंदी है कि असी शायद किसी दा स्टूडेंट्स दा या किसी पेरेंट्स नूं अगर सही इन्फॉर्मेशन दे करके उन्हां नूं गलत उन्हां नाल कोई प्रो हो ना जावे, कोई ठगी ना होवे, कोई नुकसान ना हो जावे, अगर उस चीज़ नूं आपां बेनीफिट करें तो मैनूं बहुत खुशी होगी इस चीज़ की। दर्शकों असी आशा करते हाँ कि इस प्रोग्राम के राही काफ़ी अच्छी महत्वपूर्ण जानकारी तुहानूं मिली होगी, इहदे नाल ही तुहाडे कोल आग्या लैंदे हाँ। सत श्री अकाल। सत श्री अकाल जी।